ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅਗਲੇ ਕਹਾਣੀਕਾਰ ਸੰਤੋਖ ਸਿੰਘ ਧੀਰ ਬਾਰੇ ਵਿਸਥਾਰ ਸਹਿਤ ਪੜਾਂਗੇ ਸੰਤੋਖ ਸਿੰਘ ਧੀਰ ਜੀ ਬਾਰੇ ਦੇਖੋ ਇਹਨਾਂ ਦਾ ਜਨਮ ਹੋਇਆ 2 ਦਸੰਬਰ 1920 ਨੂੰ ਬੱਸੀ ਪਠਾਣਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਬੱਸੀ ਪਠਾਣਾ ਇਹਨਾਂ ਦਾ ਨਾਨਕਾ ਪਿੰਡ ਸੀ ਨਾਨਕੇ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਜੱਦੀ ਪਿੰਡ ਸੀਗਾ ਇਹਨਾਂ ਦਾ ਦੇਖੋ ਡੜਹੇੜੀ ਖੰਨੇ ਦੇ ਨੇੜੇ ਤੇ ਮੌਤ ਹੋਈ ਇਹਨਾਂ ਦੀ 8 ਫਰਵਰੀ 2010 ਨੂੰ ਤੇ ਪੇਸ਼ਾ ਸੀਗਾ ਇਹਨਾਂ ਦਾ ਲੇਖਕ ਤੇ ਕਵੀ ਸੀਗੇ ਇਹ ਮਾਤਾ-ਪਿਤਾ ਦਾ ਨਾਮ ਦੇਖੋ ਮਾਤਾ ਦਾ ਨਾਮ ਮਾਇਆ ਦੇਵੀ ਤੇ ਪਿਤਾ ਦਾ ਨਾਮ ਈਸ਼ਰ ਸਿੰਘ ਤੇ ਸਕੂਲ ਦੇ ਵਿੱਚ ਇਹ 6 ਜਮਾਤਾਂ ਹੀ ਪੜ੍ਹੇ ਸੀਗੇ ਤੇ 8 ਭੈਣ ਭਰਾ ਸੀ ਇਹ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਸੰਤੋਖ ਸਿੰਘ ਧੀਰ ਸੀਗੇ ਤੇ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਪਿਤਾ ਪੁਰਖੀ ਕੰਮ ਜਿਹੜਾ ਦਾਜੀ ਦਾ ਕੰਮ ਸੀਗਾ ਉਹ ਸੰਭਾਲ ਲਿਆ ਸੀ ਤੇ 1945 ਈਸਵੀ ਦੇ ਵਿੱਚ ਇਹਨਾਂ ਨੇ ਗਿਆਨੀ ਕੀਤੀ 1952 ਵਿੱਚ میٹرک ਪਾਸ ਕੀਤੀ ਸੀ 10ਵੀਂ ਪਾਸ ਕੀਤੀ 1952 ਚ ਤੇ 1945 ਦੇ ਵਿੱਚ ਗਿਆਨੀ ਕੀਤੀ ਸੀ ਪਹਿਲਾਂ ਛੇ ਜਮਾਤਾਂ ਹੀ ਪੜੇ ਸੀਗੇ ਸਾਇਤਿਕ ਵਿਚਾਰਧਾਰਾ ਦੇ ਵਿੱਚ ਦੇਖੋ ਆਪ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜੇ ਤੇ ਜਵਾਨ ਹੋਏ ਆਰਥਿਕ ਤੰਗੀਆਂ ਤੁਰਸ਼ੀਆਂ ਦੇਖੋ ਕੀ ਹੁੰਦੀਆਂ ਨੇ ਪੈਸੇ ਦੇ ਪੱਖੋਂ ਗਰੀਬੀ ਸੀਗੀ ਇਹਨਾਂ ਦੇ ਵਿੱਚ ਠੀਕ ਹੈ ਇਹਨਾਂ ਦੇ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਦੇਖੋ ਅੱਠ ਭੈਣ ਭਰਾ ਸੀਗੇ ਇਸ ਕਰਕੇ ਇਹਨਾਂ ਨੇ ਦਰਜੀ ਦਾ ਕੰਮ ਸੰਭਾਲ ਲਿਆ ਸੀ ਉਹਨਾਂ ਨੇ ਗਰੀਬੀ ਤੇ ਦੱਬੇ ਕੁਚਲੇ ਲੋਕਾਂ ਨੂੰ ਨੇੜੋਂ ਦੇਖਿਆ ਸੀ ਇਸ ਕਰਕੇ ਇਹਨਾਂ ਨੇ ਜੋ ਕੁਝ ਵੀ ਲਿਖਿਆ ਤੇ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਹੀ ਲਿਖਿਆ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਤੇ ਅੱਗੇ ਸਨਮਾਨ ਦੇਖੋ ਇਹਨਾਂ ਨੂੰ ਜਿਹੜੇ-ਜਿਹੜੇ ਮਿਲੇ ਆ ਸਨਮਾਨ ਦੇਖੋ ਹੀਰਾ ਸਿੰਘ ਦਰਦ ਇਨਾਮ ਮਿਲਿਆ ਇਹਨਾਂ ਨੂੰ 1979 ਦੇ ਵਿੱਚ ਪੰਜਾਬੀ ਭਾਸ਼ਾ ਵਿਭਾਗ ਦੇ ਇਨਾਮ ਮਿਲਿਆ 1980 ਚ ਨਾਗਮਨੀ ਇਨਾਮ ਮਿਲਿਆ 1982 ਚ ਪੰਜਾਬੀ ਸਾਹਿਤ ਅਕਾਦਮੀ ਇਨਾਮ ਮਿਲਿਆ 1991 ਚ ਪੰਜਾਬ ਸਾਹਿਤ ਅਕਾਦਮੀ ਫੈਲੋਸ਼ਿਪ 1993 ਚ ਪੱਖੀ ਕਹਾਣੀ ਸੰਗ੍ਰਹਿ ਤੇ ਇਹਨਾਂ ਨੂੰ ਮਿਲਿਆ ਸੀ 1996 ਦੇ ਵਿੱਚ ਸਾਹਿਤ ਅਕਾਦਮੀ ਦਿੱਲੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਕਰਤਾਰ ਸਿੰਘ ਢਾਲੀਵਾਲ ਸਰਵ ਸ਼੍ਰੇਸ਼ਟ ਪੁਰਸਕਾਰ ਮਿਲਿਆ ਇਹਨਾਂ ਨੂੰ 2002 ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਰਚਨਾਵਾਂ ਦੇਖੋ ਅੱਗੇ ਇਹਨਾਂ ਦੀਆਂ ਕਾਵ ਸੰਗ੍ਰਹਿ ਗੁੱਡੀਆਂ ਪਟੋਲੇ 1944 ਦੇ ਵਿੱਚ ਤੇ ਪੌਫਟਾਲਾ 1948 ਚ ਧਰਤੀ ਮੰਗਦੀ ਮੀਵੇ 1952 ਦੇ ਵਿੱਚ ਪ੍ਰਕਾਸ਼ਿਤ ਹੋਈ ਇਹਨਾਂ ਦੀ ਪੱਤ ਝੜੇ ਪੁਰਾਣੇ 1955 ਚ ਬਿਰਹਾੜੇ 1960 ਚ ਤੇ ਅੱਗ ਦੇ ਪੱਤੇ 1976 ਚ ਫਿਰ ਕਾਲੀ ਵਰਸ਼ੀ 1980 ਚ ਸੰਜੀਵਨੀ 1983 ਚ ਸਿੰਗਾਵਲੀ 1983 ਚ ਤੇ ਆਉਣ ਵਾਲਾ ਸੂਰਜ 1985 ਚ ਤੇ ਜਦੋਂ ਅਸੀਂ ਆਵਾਂਗੇ 1988 ਦੇ ਵਿੱਚ ਪ੍ਰਕਾਸ਼ਿਤ ਹੋਈਆਂ ਇਹਨਾਂ ਦੀਆਂ ਇਹ ਕਾਵ ਸੰਗ੍ਰਹਿ ਆ ਜਿਹੜੇ ਤਾਂ ਅੱਗੇ ਦੇਖੋ ਅੰਗਰੇਜ਼ੀ ਅਨਵਾਦਿਤ ਪੁਸਤਕ ਟੂ ਦਾ ਪੰਜਾਬ ਆਫ ਫਰੀਡ ਐਂਡ ਅਦਰ ਪੁਆਇੰਟਸ ਅੱਗੇ ਹੈ ਗਿਆ ਕਹਾਣੀ ਸੰਗ੍ਰਹਿ ਕਹਾਣੀ ਸੰਗ੍ਰਹਿ ਇਹਨਾਂ ਦੇ ਸਿੱਟਿਆਂ ਦੀ ਸ਼ਾਂ 1950 ਦੇ ਵਿੱਚ ਪ੍ਰਕਾਸ਼ਿਤ ਹੋਇਆ ਸਵੇਰ ਹੋਣ ਤੱਕ 1955 ਚ ਸਾਂਝੀ ਕੰਦ 1958 ਚ ਤੇ ਸ਼ਰਾਬ ਦਾ ਗਲਾਸ 1970 ਚ ਊਸ਼ਾ ਭੈਣ ਜੀ ਚੁੱਪ ਸਨ 1991 ਚ ਪੱਖੀ ਇਹਨਾਂ ਦਾ ਹੋਇਆ ਦੇਖੋ 1991 ਚ ਪ੍ਰਕਾਸ਼ਿਤ ਇੱਕ ਕੁੱਤਾ ਤੇ ਮੈਂ ਇਹ ਵੀ ਇਹਨਾਂ ਦਾ ਕਹਾਣੀ ਸੰਗ੍ਰਹਿ ਹੈ ਅੱਗੇ ਦੇਖੋ ਨਾਵਲ ਇਹਨਾਂ ਦੇ ਸ਼ਰਾਬੀ ਜਾਂ ਦੋ ਫੂਲ 1963 ਚ ਯਾਦਗਾਰ 1979 ਚ ਅਤੀਤ ਦੇ ਪਰਛਾਵੇਂ ਇਹਨਾਂ ਦਾ 1981 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਮੈਨੂੰ ਇੱਕ ਸੁਪਨਾ ਆਇਆ 1991 ਚ ਹਿੰਦੁਸਤਾਨ ਹਮਾਰਾ 1994 ਚ ਇਹ ਹੈਗੇ ਨੇ ਦੇਖੋ ਸੰਤੋਖ ਸਿੰਘ ਧੀਰਜੀ ਦੇ ਨਾਵਲ ਜਿਹੜੇ 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 ਸਾਲ ਦੇ ਵਿੱਚ ਪ੍ਰਕਾਸ਼ਿਤ ਹੋਏ ਮੈਂ ਨਾਲ-ਨਾਲ ਸਾਲ ਲਿਖੇ ਆ ਤੇ ਇਹਨਾਂ ਨੂੰ ਵੀ ਯਾਦ ਕਰੋ ਤੁਸੀਂ ਕਿਉਂਕਿ ਸਾਲ ਵੀ ਕਈ ਵਾਰ ਟੈਸਟ ਦੇ ਵਿੱਚ ਪੁੱਛੇ ਜਾ ਚੁੱਕੇ ਐ ਇਸ ਤੋਂ ਪਹਿਲਾਂ ਅੱਗੇ ਦੇਖੋ ਥੋੜੇ ਜਿਹਾ ਕਹਾਣੀ ਸੰਗ੍ਰਹਿਾਂ ਦੇ ਵਿੱਚੋਂ ਮੈਂ ਉਹਨਾਂ ਦੀਆਂ ਨਾਲ-ਨਾਲ ਕਹਾਣੀਆਂ ਵੀ ਲਿਖੀਆਂ ਜਿਵੇਂ ਸਾਂਝੀ ਗੰਧ ਦੇ ਕਹਾਣੀ ਸੰਗ੍ਰਹਿ ਦੇ ਵਿੱਚ ਜਿਹੜੀਆਂ ਕਹਾਣੀਆਂ ਆਉਂਦੀਆਂ ਉਹ ਹੈਗੀਆਂ ਸਾਂਝੀ ਕੰਧ ਪਿੰਡ ਦਾ ਸ਼ਿੰਗਾਰ ਚਾਂਦੀ ਦੇ ਪਈਏ ਵੋਟ ਦਾ ਹੱਕ ਘਰ ਵਿੱਚ ਗੁਆਚੀ ਪਰੀ ਪੰਜਾਬ ਆਵੇ ਭੇਤ ਵਾਲੀ ਗੱਲ ਮੰਗੋ ਗਲੀਆਂ ਦੇ ਕੱਖ ਜਦੋਂ ਰੂਸ ਸਿਪਾਹੀ ਇਹ ਸਾਰੀਆਂ ਹੈਗੀਆਂ ਨੇ ਇਹਨਾਂ ਦੀਆਂ ਕਹਾਣੀਆਂ ਠੀਕ ਹੈ ਕਹਾਣੀ ਸੰਗ੍ਰਹਿ ਸੰਜੀਕੰਧ ਦੇ ਵਿੱਚ ਆਉਂਦੀਆਂ ਇਹ ਅੱਗੇ ਸਵੇਰ ਹੋਣ ਤੱਕ ਕਹਾਣੀ ਸੰਗ੍ਰਹਿ ਦੇ ਵਿੱਚ ਦੇਖੋ ਮਾਮਲਾ ਸਵੇਰ ਹੋਣ ਤੱਕ ਕਹਾਣੀਆਂ ਦਾ ਟੋਲ ਕੋਈ ਇੱਕ ਸਵਾਰ ਜੋੜੀਆਂ ਜੱਗ ਥੋੜੀਆਂ ਰੰਗ ਵਿੱਚ ਭੰਗ ਮੰੰਜਲ ਦਾ ਸੁਪਨਾ ਡੈਨ ਠੀਕਰੇ ਪਾਇਆ ਦੁੱਧ ਘਰ ਦੀ ਗਹਿਲ ਅੱਗੇ ਹੈਗੇ ਸ਼ਰਾਬ ਦਾ ਗਲਾਸ ਕਹਾਣੀ ਸੰਗ੍ਰਹਿ ਦੇ ਵਿੱਚ ਦੇਖੋ ਲੁਟੇਰੇ ਗਉਆਂ ਇੱਕ ਸੁਧਾਰਨਾ ਆਦਮੀ ਪਟਿਆਲੇ ਵਾਲਾ ਰਾਜਾ ਅੰਨੀ ਪੀਂਦੀ ਹੈ ਹੱਲਾ ਸ਼ੇਰੀ ਸ਼ੇਰ ਗਾਥਾ ਮਲੰਗ ਰਸਤਾ ਧਰਮਰਾਜ ਦੀ ਹਾਰ ਮੇਰੇ ਖੂਨ ਦਾ ਇੱਕ ਇੱਕ ਕਤਰਾ ਸੰਤ ਜੀ ਗਰੀਬੀ ਤੇ ਸ਼ਰਾਬ ਦਾ ਗਲਾਸ ਇਹ ਇਹਨਾਂ ਦੇ ਸ਼ਰਾਰਦਾ ਗਲਾਸ ਕਹਾਣੀ ਸੰਗ੍ਰਹਿ ਦੇ ਵਿੱਚ ਜਿਹੜੀਆਂ ਕਹਾਣੀਆਂ ਆਉਂਦੀਆਂ ਅੱਗੇ ਆ ਗਿਆ ਇਹਨਾਂ ਦਾ ਪੱਖੀ ਕਹਾਣੀ ਸੰਗ੍ਰਹਿ ਪਹਿਲਾਂ ਵੀ ਦੱਸਤਾ ਤੁਹਾਨੂੰ ਪੱਖੀ ਕਹਾਣੀ ਸੰਗ੍ਰਹਿ ਬਾਰੇ 1996 ਦੇ ਵਿੱਚ ਇਸ ਨੂੰ ਸਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ ਸੀਗਾ ਇਹਦੇ ਵਿੱਚ ਕਹਾਣੀਆਂ ਦੇਖੋ ਕਿਹੜੀਆਂ-ਕਿਹੜੀਆਂ ਅੱਧੇ ਅੰਗ ਅਸਲੀ ਫਲਾਂ ਦੀ ਟੋਕਰੀ ਬਦਲੀ ਹੋਈ ਹਵਾ ਹੱਥ ਦੇ ਕੇ ਰੱਖਣ ਵਾਲਾ ਹਾਰੇ ਹੋਏ 1 ਮਿੰਟ ਭੁੱਲੇ ਹੋਏ ਪੱਖੀ ਦੂਜਾ ਪਾਸਾ ਇਤਿਹਾਸ ਸੱਤੋ ਕਾਲਾ ਬੈਕ ਰੰਗ ਛੇ ਸਕਿੰਟ ਘਟ ਇੱਕ ਵਿਆਹ ਜੈਸੇ ਗੰਗਾ ਨੀਰ ਮੈਨੂੰ ਨਹੀਂ ਭੁੱਲਦਾ ਉਹ ਇਹ ਹੈਗੇ ਉਹਨਾਂ ਦੇ ਪੰਖੀ ਕਹਾਣੀ ਸੰਗ੍ਰਹਿ ਦੇ ਅੰਦਰ ਜੋ ਕਹਾਣੀਆਂ ਤੇ ਇਹ ਸੀ ਸੰਤੋਖ ਸਿੰਘ ਕੀ ਜੀ ਬਾਰੇ ਜਾਣਕਾਰੀ ਮੇਰੇ ਖਿਆਲ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਇੰਨੀ ਸਾਰੀ ਜਾਣਕਾਰੀ ਇੱਕ ਵੀਡੀਓ ਦੇ ਵਿੱਚ ਨਹੀਂ ਮਿਲੇਗੀ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸਾਰੇ ਇਹਨਾਂ ਦੇ ਕਹਾਣੀ ਸੰਗ੍ਰਹਿ ਕਹਾਣੀਆਂ ਨਾਵਲ ਤੇ ਜੋ ਇਹਨਾਂ ਨੂੰ ਸਨਮਾਨ ਮਿਲੇ ਆ ਜਿਹੜੀ ਇਹਨਾਂ ਦੀ ਸਹਾਇਤਿਕ ਵਿਚਾਰਧਾਰਾ ਸੀ ਸਾਰੇ ਬਾਰੇ ਮੈਂ ਤੁਹਾਨੂੰ ਇਸ ਵਿੱਚ ਜਾਣਕਾਰੀ ਦਿੰਦੀ ਐ ਤੇ ਤੁਸੀਂ ਯਾਦ ਕਰੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ